ਅੱਜ ਅਸੀਂ ਸਾਰੇ ਸਿੱਖ ਪੰਥ ਦਾ ਸਿਰਮੌਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੁੱਚੇ ਜੰਮੂ ਕਸ਼ਮੀਰ ਦੇ ਪਤਵੰਤੇ ਅਤੇ ਬੁੱਧੀਜੀਵੀ ਸਾਰੇ ਹੀ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਂ। ਉੱਥੇ ਸਾਡਾ ਜੋ ਅੱਜ ਆਉਣ ਦਾ ਜੋ ਮੁੱਖ ਮਕਸਦ ਸੀ ਉਹ ਸੀ ਕਿ ਪਿਛਲੇ ਦਿਨੀ ਤਕਰੀਬਨ ਭਲੀ ਭਾਂਤ ਸਿੱਖ ਸੰਗਤਾਂ ਜਾਣਦੀਆਂ ਹਨ ਕਿਉਂਕਿ ਦੇਸ਼ ਵਿਦੇਸ਼ਾਂ ਵਿੱਚ ਇਸ ਗੱਲ ਦੀ ਚਰਚਾ ਹੋਈ ਹੈ ਕਿ ਜੰਮੂ ਕਸ਼ਮੀਰ ਵਿਖੇ ਜੋ ਇੱਕ ਅੰਮ੍ਰਿਤ ਦੀ ਉੱਪਰ ਕਿੰਤੂ ਪਰੰਤੂ ਨਿਤਨੇਮ ਦੀਆਂ ਬਾਣੀਆਂ ਤੇ ਕਿੰਤੂ ਪਰੰਤੂ ਅਰਦਾਸ ਤੇ ਕਿੰਤੂ ਪਰੰਤੂ ਔਰ ਬੜੀ ਵੱਡੀ ਛੇੜਛਾੜ ਜੋ ਇਤਿਹਾਸ ਦੇ ਨਾਲ ਕੀਤੀ ਜਾ ਰਹੀ ਹੈ ਉਸਦੇ ਸੰਬੰਧ ਵਿੱਚ ਜੋ ਉੱਥੇ ਦੇ ਨੌਜਵਾਨ ਵੀਰਾਂ ਨੇ ਜਦੋਂ ਇਹ ਰੋਸ ਜਤਾਇਆ ਸੀ ਸਿੱਖ ਸੰਗਤਾਂ ਦੇ ਉਹ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੀ ਸੀ। ਸੋ ਪਿਛਲੇ ਦਿਨੀ ਜੋ ਹਾਲਾਤ ਜੰਮੂ ਕਸ਼ਮੀਰ ਦੇ ਅੰਦਰ ਜਿਨ੍ਹਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀਰਾਂ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਜੋ ਹਾਲਾਤ ਜੰਮੂ ਕਸ਼ਮੀਰ ਦੇ ਅੰਦਰ ਚਿੰਤਾਜਨਕ ਬਣੇ ਸਨ ਉਸਦੇ ਸੰਬੰਧ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਯਾਨੀ ਰਘਬੀਰ ਸਿੰਘ ਜੀ ਜਿਨ੍ਹਾਂ ਨੇ ਅੱਜ ਸਮਾਂ ਦਿੱਤਾ ਸੀ। ਸੋ ਅਸੀਂ ਜੰਮੂ ਕਸ਼ਮੀਰ ਤੋਂ ਦਾਸ ਰਾਗੀ ਜਗਤਾਰ ਸਿੰਘ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡਵਾਈਜ਼ਰ ਅਤੇ ਕੋਆਰਡੀਨੇਟਰ ਧਰਮ ਪ੍ਰਚਾਰ ਕਮੇਟੀ ਜੰਮੂ ਕਸ਼ਮੀਰ ਦਾ ਨਿਯੁਕਤ ਕੀਤਾ ਗਿਆ ਸੀ, ਸੇਵਾ ਮਿਲੀ ਸੀ। ਨਾਲ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਇੰਚਾਰਜ ਸਿੱਖ ਮਿਸ਼ਨ ਜੰਮੂ ਕਸ਼ਮੀਰ ਤੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੰਮੂ ਕਸ਼ਮੀਰ ਰਿਆਸਤ ਨੂੰ ਵੇਖ ਰਹੇ ਹਨ, ਉਸ ਦੇ ਨਾਲ ਨਾਲ ਜੋ ਵਿਸ਼ੇਸ਼ ਕਰਕੇ ਸਾਡੀਆਂ ਉੱਥੇ ਦੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਜਿਨ੍ਹਾਂ ਨੂੰ ਸੰਗਤਾਂ ਨੇ ਇੱਕ ਇਲੈਕਟਿਡ ਮੈਂਬਰ ਹਨ ਜਿਨ੍ਹਾਂ ਦਾ ਇੱਕ ਇਲੈਕਸ਼ਨ ਦੇ ਪ੍ਰੋਸੈਸ ਚੋਂ ਗੁਜ਼ਰ ਕੇ ਸੰਗਤਾਂ ਹਜ਼ਾਰਾਂ ਵੋਟਾਂ ਦੇ ਨਾਲ ਉਹਨਾਂ ਨੂੰ ਚੁਣਿਆ ਜਾਂਦਾ ਹੈ, ਉਸ ਵਿੱਚ ਸਾਡਾ ਪੁੰਛ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ। ਨਾਲ ਹੀ ਸਾਡੇ ਪ੍ਰੋਫੈਸਰ ਹਰਦਿਆਲ ਸਿੰਘ ਜੀ ਜੋ ਡਿਸਟ੍ਰਿਕਟ ਰਜੌਰੀ ਤੋਂ ਪਹੁੰਚੇ ਹਨ, ਸਰਦਾਰ ਜਸਪਾਲ ਸਿੰਘ ਜੀ ਡਿਸਟ੍ਰਿਕਟ ਉਧਮਪੁਰ ਤੋਂ ਪਹੁੰਚੇ ਹਨ ਜੋ ਪ੍ਰਧਾਨ ਹਨ ਉੱਥੇ ਦੇ, ਉਸ ਤੋਂ ਬਾਅਦ ਕਠੂਆ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੌਰਭ ਸਿੰਘ ਜੀ ਜੋ ਸਾਵਨਚੱਕ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ, ਤੇ ਨਾਲ ਸਾਂਬਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਕੁਲਵਿੰਦਰ ਸਿੰਘ ਜੀ ਅਤੇ ਸਾਡੇ ਵੀਰ ਗੁਰਮੇਲ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ, ਔਰ ਨਾਲ ਉਹਨਾਂ ਦੇ ਸਾਰੇ ਹੀ ਸਾਡੇ ਬੁੱਧੀਜੀਵੀ ਪਤਵੰਤੇ ਟੈਂਕਰ ਐਸੋਸੀਏਸ਼ਨ ਨੌਜਵਾਨ ਵੀਰ ਸਾਰੇ, ਮੈਂ ਬਹੁਤਾਂ ਦਾ ਸਮਾਂ ਨਾ ਲੈਂਦਾ ਹੋਇਆ ਕਿ ਜਿਹੜੇ ਇਸ ਗੱਲ ਤੋਂ ਬੜੇ ਚਿੰਤਾ ਵਿੱਚ ਹਨ ਅਤੇ ਇਹ ਸਾਰਾ ਜੋ ਉਪਰਾਲਾ ਹੈ ਸ਼੍ਰੋਮਣੀ ਡੇਰਾ ਨੰਗਾਲੀ ਸਾਹਿਬ ਦੇ ਮੁਖੀ ਮਹਾਨ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਇਸ ਗੱਲ ਦੀ ਚਿੰਤਾ ਪ੍ਰਗਟਾਈ ਕਿ ਜੋ ਇਹ ਹਾਲਾਤ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਨ ਮਰਿਆਦਾ ਦੇ ਖਿਲਾਫ ਭੱਦੀ ਸ਼ਬਦਾਵਲੀਆਂ ਵਰਤੀਆਂ ਜਾ ਰਹੀਆਂ ਹਨ, ਉਹਨਾਂ ਦੇ ਉੱਪਰ ਜੋ ਬਣਦੀ ਧਾਰਮਿਕ ਕਾਰਵਾਈ ਹੈ, ਸਖ਼ਤ ਤੋਂ ਸਖ਼ਤ ਕਾਰਵਾਈ, ਜੋ ਲੀਗਲ ਕਾਰਵਾਈ ਹੈ, ਜੋ ਅਦਾਲਤੀ ਕਾਰਵਾਈ ਹੈ, ਉਹ ਜਿਹੜੀ ਹੈ ਉਹ ਵੱਧ ਤੋਂ ਵੱਧ ਕੀਤੀ ਜਾਵੇ ਅਤੇ ਸਮੁੱਚੇ ਪੰਥ ਅਸੀਂ ਦੁਨੀਆ ਵੀ ਦੱਸਣਾ ਚਾਹੁੰਦੇ ਹਾਂ ਕਿ ਜੰਮੂ ਕਸ਼ਮੀਰ ਦੀ ਸਾਰੀ ਸਿੱਖ ਸੰਗਤ ਜਿਹੜੀ ਹੈ ਤਕਰੀਬਨ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਸ਼ੁਰੂ ਤੋਂ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਬੱਝੇ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ, ਬਿਲਕੁਲ, ਅਸੀਂ ਜੰਮੂ ਕਸ਼ਮੀਰ ਤੋਂ ਇੱਥੇ ਪਹੁੰਚੇ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖਾਂ ਦੀ ਸਰਵੋੱਚ ਸਾਡੀ ਜਿਹੜੀ ਅਦਾਲਤ ਹੈ ਜਿੱਥੋਂ ਨਿਆਂ ਪ੍ਰਣਾਲੀ ਹੈ, ਜਿੱਥੇ ਵੀ ਗੁਰੂ ਨਾਨਕ ਦਾ ਸਿੱਖ ਰਹਿੰਦਾ ਉਹਦੀ ਟੇਕ ਉਹਦੀ ਆਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਹਿੰਦੀ ਹੈ। ਅਸੀਂ ਸਿੰਘ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਕਿ ਜਿਹੜਾ ਅੰਮ੍ਰਿਤ ਸੰਚਾਰ ਦੀ ਬਾਣੀਆਂ ਤੇ ਕਿੰਤੂ ਪਰੰਤੂ ਕੀਤਾ ਜਾਂਦਾ, ਜਿਨ੍ਹਾਂ ਵੱਲੋਂ ਕੀਤਾ ਜਾਂਦਾ ਉਹਨਾਂ ਨੇ ਆਪ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਛਕਿਆ ਹੋਇਆ ਔਰ ਅਰਦਾਸ ਉੱਪਰ ਕਿੰਤੂ ਪਰੰਤੂ ਤੇ ਅੰਮ੍ਰਿਤ ਸੰਚਾਰ ਤੇ ਅੰਮ੍ਰਿਤ ਸੰਚਾਰ ਦੀ ਬਾਣੀਆਂ ਤੇ, ਇਸ ਕਰਕੇ ਅਸੀਂ ਸਿੰਘ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਕਿ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਇਹਨਾਂ ਪਰ ਨਕੇਲ ਪਾਈ ਜਾਵੇ, ਅਗਰ ਇਹ ਆਪਣੀ ਭੁੱਲ ਬਖਸ਼ਾਉਂਦੇ ਹਨ ਇਹਨਾਂ ਨੂੰ ਬਖਸ਼ ਵੀ ਦਿੱਤਾ ਜਾਵੇ, ਕਿਉਂਕਿ ਬਾਣੀਆਂ ਤੇ ਕਿੰਤੂ ਪਰੰਤੂ ਗੁਰੂ ਸਾਹਿਬ ਦੀ ਬਾਣੀ ਨੂੰ ਕਿੰਤੂ ਪਰੰਤੂ ਕਰਨਾ, ਅੰਮ੍ਰਿਤ ਸੰਚਾਰ ਉੱਪਰ ਕਿੰਤੂ ਪਰੰਤੂ ਕਰਨਾ, ਮੈਂ ਕਹਿੰਦਾ ਕਿ ਜਿੱਥੇ ਵੀ ਗੁਰੂ ਦਾ ਸੱਚਾ ਸਿੱਖ ਹੋਵੇ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗਾ। ਅਸੀਂ ਇਸ ਦੁਬਿਧਾ ਤੋਂ ਦੂਰ ਨਿਕਲਣਾ ਚਾਹੁੰਦੇ ਹਾਂ, ਕਿਉਂਕਿ ਹਾਕਮ ਜਿਹੜੇ ਹਨ ਸਰਕਾਰੀ ਉਹ ਵੈਸੇ ਸਿੱਖਾਂ ਦੇ ਸਿਧਾਂਤ ਉੱਪਰ ਮਗਰ ਲੱਗੇ ਹੋਏ ਹਨ,
ਪਰ ਅਫਸੋਸ ਤੁਹਾਨੂੰ ਇਸ ਗੱਲ ਦਾ ਕਿ ਸਾਡੇ ਆਪਣੇ ਵੀ ਉਹਨਾਂ ਦੇ ਨਾਲ ਰਲੇ ਹੋਏ ਹਨ। ਇਸ ਸਿਧਾਂਤ ਨੂੰ, ਇਸ ਮਰਿਆਦਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ ਗੁਰੂ ਨਾਨਕ ਦਾ ਸਿੱਖ ਜਾਗਦਾ ਹੈ ਉਹ ਹਮੇਸ਼ਾ ਇਸ ਗੱਲ ਤੇ, ਇਸ ਸਿਧਾਂਤ ਤੇ ਪਹਿਰਾ ਦਿੰਦਾ ਰਹੇਗਾ। ਸਾਡੀ ਇਹੀ ਅਰਦਾਸ ਵੀ ਹੈ ਕਿ ਆਓ ਰਲ ਮਿਲ ਕੇ ਸਾਰੇ ਏਕਤਾ ਦਾ ਪ੍ਰਚਾਰ ਕਰੀਏ ਤੇ ਸਿੱਖੀ ਦੇ ਨਿਸ਼ਾਨ ਥੱਲੇ ਇਕੱਠੇ ਹੋ ਕੇ ਸਿੱਖ ਪੰਥ ਦੀ ਸੇਵਾ ਕਰੀਏ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।